ਦੇਖੋ ਕੇਜਰੀਵਾਲ ਸਾਹਿਬ ਨੋ ਡਾਊਟ ਦਿੱਲੀ ਵਾਸਤੇ ਬੜੇ ਇਮਾਨਦਾਰ ਆ, ਦਿੱਲੀ ਵਾਸਤੇ ਚੰਗੇ ਕੰਮ ਕਰਦਾ, ਪਰ ਪੰਜਾਬ ਵਾਸਤੇ ਇਮਾਨਦਾਰੀ ਹੈ ਨਹੀਂ ਉਹਨਾਂ ਦੇ ਦਿਲ ਮਨ ਦੇ ਅੰਦਰ। ਕਾਸ਼ ਕਿਤੇ ਕੇਜਰੀਵਾਲ ਸਾਹਿਬ ਉਹ ਪ੍ਰੋਮਿਸ ਜਿਹੜਾ 2017 ਦੇ ਵਿੱਚ ਮੀਡੀਆ ਦੀ ਹਾਜ਼ਰੀ 'ਚ ਲੁਧਿਆਣੇ ਦੀ ਧਰਤੀ ਦੇ ਉੱਤੇ ਕਰਕੇ ਗਏ ਵੀ ਅਸੀਂ ਪਾਣੀ ਦੀ ਕੀਮਤ ਪੰਜਾਬ ਨੂੰ ਭੇਜ ਦਿਆਂਗੇ, ਜੇ ਉਹ ਕੀਮਤ ਜਿਹੜੀ ਬੜੀ ਥੋੜ੍ਹੀ ਹੈ ਕਿਤੇ ਕਿਸ਼ਤਾਂ ਦੇ ਵਿੱਚ ਹੀ ਦਿੱਤੀ ਹੁੰਦੀ ਤੇ ਸਾਡੀ ਕਿਸਮਤ ਦੇ, ਪੰਜਾਬੀਆਂ ਦੀ ਕਿਸਮਤ ਦੇ ਦਰਵਾਜ਼ੇ ਖੁੱਲ ਜਾਂਦੇ। ਕਾਨੂੰਨ ਤੌਰ ਤੇ 16 ਲੱਖ ਕਰੋੜ ਰੁਪਏ ਤੋਂ ਵੱਧ ਰਾਜਸਥਾਨ ਤੋਂ ਲੈਣਾ, ਅਸੀਂ ਕਾਨੂੰਨ ਤੌਰ ਤੇ ਬੜੇ ਸਟਰੋਂਗ ਹੋ ਜਾਂਦੇ। ਅਸੀਂ ਰਾਜਸਥਾਨ ਨੂੰ ਕਹਿੰਦੇ ਵੀ ਆਹ ਦਿੱਲੀ ਨੇ ਸਾਨੂੰ ਪਾਣੀ ਦੀ ਕੀਮਤ ਭੇਜਣੀ ਸ਼ੁਰੂ ਕਰ ਦਿੱਤੀ, ਸਿੱਧਾ ਹੋ ਕੇ ਪਾਣੀ ਦੀ ਕੀਮਤ। ਪਰ ਅਫਸੋਸ ਆ, ਕੇਜਰੀਵਾਲ ਸਾਹਿਬ ਨੇ ਉਹ ਪੰਜਾਬ ਜਿਹੜੇ ਪੰਜਾਬੀਆਂ ਨੇ 4 MP ਜਿਤਾ ਕੇ ਇਹਨਾਂ ਦੀ ਪਾਰਟੀ ਦਾ ਮੁੱਢ ਬੰਨਿਆ, ਉਹਨੂੰ ਕੀਮਤ ਨਹੀਂ ਦਿੱਤੀ। ਹਿਮਾਚਲ ਪ੍ਰਦੇਸ਼ ਨੂੰ 21 ਕਰੋੜ ਰੁਪਈਆ ਜਿਹੜਾ ਯਮੁਨਾ ਦੇ ਜ਼ਰੀਏ ਹਿਮਾਚਲ ਪ੍ਰਦੇਸ਼ ਦੇ ਹਿੱਸੇ ਦਾ ਪਾਣੀ ਦਿੱਲੀ ਵਰਤ ਰਹੀ ਆ, ਉਹ 21 ਕਰੋੜ ਹਿਮਾਚਲ ਨੂੰ ਦੇਣਾ ਸ਼ੁਰੂ ਕਰ ਦਿੱਤਾ। ਉਹ ਪੰਜਾਬੀਆਂ ਨੇ ਭਾਈ ਕੇਜਰੀਵਾਲ ਸਾਹਿਬ ਤੁਹਾਡਾ ਕੀ ਮਾੜਾ ਕੀਤਾ। ਸੋ ਕਿਰਪਾ ਕਰਕੇ ਪਹਿਲਾਂ ਉਹ ਗੱਲਾਂ ਜਿਹੜੀਆਂ ਕਾਲਰ ਸੇ ਪਕੜ ਕੇ ਜੇਲ੍ਹ ਮੇਂ ਦੇ ਦੂੰਗਾ, ਇੱਕ ਵਾਰ ਨਹੀਂ 1000 ਵਾਰ ਬੋਲੇਂਗੇ, ਮਜੀਠੀਆ ਚਿੱਟਾ ਵੇਚਣੇ ਵਾਲੇ ਲੋਕਾਂ ਕਾ ਸੌਦਾਗਰ ਹੈ, ਮੁੜ ਕੇ ਮਾਫ਼ੀ ਮੰਗ ਕੇ ਕਲੀਨ ਚਿੱਟ। ਇਹ ਗੱਲਾਂ ਪੰਜਾਬੀਆਂ ਦੇ ਹਜ਼ਮ ਨਹੀਂ ਆਉਂਦੀਆਂ। ਭਗਵੰਤ ਮਾਨ ਨੂੰ MP ਨਹੀਂ ਲਾਉਣਾ, ਅਤੇ ਭਗਵੰਤ ਮਾਨ ਦੇ ਕਰਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਹੈ, ਮੈਂ ਸਪਸ਼ਟ ਕਹਿ ਸਕਦਾ ਇਹ ਗੱਲ। ਜੇ ਅੱਜ ਆਮ ਆਦਮੀ ਪਾਰਟੀ ਦਾ ਵਜੂਦ ਪੰਜਾਬ ਦੇ ਅੰਦਰ ਆ, ਤਾਂ ਸਿਰਫ ਅਤੇ ਸਿਰਫ ਭਗਵੰਤ ਮਾਨ ਕਰਕੇ ਜਿਹੜਾ ਲੋਕ ਸਭਾ ਦੇ ਅੰਦਰ। ਮੈਂ ਇਹ ਨਹੀਂ ਕਹਿੰਦਾ ਕਿ ਉਹ ਦੂਸਰੀ ਪਾਰਟੀ 'ਚ ਹੈ, ਜਿਹੜਾ ਬੰਦਾ ਪੰਜਾਬ ਦੇ ਹਕੂਕ ਦੀ ਗੱਲ ਕਰਦਾ ਉਹਦੇ ਲਈ ਕਿਉਂ ਨਹੀਂ ਬੋਲਾਂਗੇ। ਕਿੰਨੇ ਪਾਰਲੀਮੈਂਟ ਮੈਂਬਰ ਲੋਕ ਸਭਾ ਦੇ ਵਿੱਚ ਗਏ ਆ ਵੱਖ ਵੱਖ ਪਾਰਟੀਆਂ ਦੇ, ਭਗਵੰਤ ਮਾਨ ਤੁਸੀਂ ਸਪੀਚ ਸੁਣ ਲਓ, ਹੋਰ MP ਨੇ ਕਿਹੜਾ ਕੋਈ ਮੋਢੇ ਦੇ ਉੱਤੇ ਬੰਦੂਕ ਪੀੜੀ ਆ ਵੀ ਉਹਨੇ ਗੋਲੀ ਚਲਾਉਣੀ ਹੁੰਦੀ ਆ। MP ਨੇ ਆਪਣੇ ਹਲਕੇ ਦਾ ਅਤੇ ਆਪਣੀ ਸਟੇਟ ਦਾ ਪੱਖ ਰੱਖਣਾ, ਜਿਹਦੇ ਵਿੱਚ ਭਗਵੰਤ ਮਾਨ ਨੇ ਬਾਖੂਬੀ ਰੋਲ ਅਦਾ ਕੀਤਾ। ਜੇ ਅੱਜ ਪੰਜਾਬ ਦੇ ਅੰਦਰ ਕੋਈ ਮਾੜਾ ਮੋਟਾ ਆਮ ਆਦਮੀ ਪਾਰਟੀ ਦਾ ਵਜੂਦ ਆ ਤਾਂ ਸਿਰਫ ਅਤੇ ਸਿਰਫ ਭਗਵੰਤ ਮਾਨ ਦੀ ਬਦੌਲਤ ਆ। ਤੁਸੀਂ ਕਹੋ ਹੁਣ ਫਿਰ ਕੋਈ ਪੱਪੂ ਲੈ ਕੇ ਆਉਣਾ, ਮੁੱਖ ਮੰਤਰੀ ਦਾ ਫੇਸ ਹੈ, ਪੰਜਾਬ ਦੇ ਲੋਕ ਕਿਵੇਂ ਸਵੀਕਾਰ ਕਰ ਜਾਣਗੇ? ਸੋ ਕੇਜਰੀਵਾਲ ਸਾਹਿਬ ਦੀ ਦੇਖੋ ਪਾਰਟੀ ਆ, ਫੈਸਲਾ ਕੋਈ ਲੈ ਲੈਣ, ਪਰ ਪੰਜਾਬ ਵਾਸਤੇ ਇਮਾਨਦਾਰੀ ਉਹਨਾਂ ਨੂੰ ਦਿਖਾਉਣੀ ਪਊਗੀ। ਪਿਛੋਕੜ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਜਿਹੜੀਆਂ ਪੰਜਾਬ ਦੇ ਨਾਲ ਗਦਾਰੀ ਸਾਬਤ ਹੋਈਆਂ, ਉਹਨਾਂ ਤੋਂ ਤੌਬਾ ਕਰਨੀ ਪਊਗੀ। ਐਸਾ ਜਦ ਤੱਕ ਸਵਾਲ ਆਉਣਾ ਆਮ ਆਦਮੀ ਪਾਰਟੀ ਦਾ, ਉਹ ਸ਼ੁਰੂ ਫੇਰ ਛੱਡਣ ਦੀ ਉਹਨਾਂ ਦੀ ਆਦਤ ਹੈ। ਰਹੀ ਗੱਲ ਕੌਣ ਇੱਧਰ ਜਾ ਰਿਹਾ ਕੌਣ ਇੱਧਰ ਜਾ ਰਿਹਾ, ਚੁਣਾਵੀ ਮੌਸਮ ਹੈ, ਇਹਦੇ ਅੰਦਰ ਇਹ ਇੱਕ ਵਾਤਾਵਰਣ ਬਣਦਾ ਹੀ ਹੈ, ਇਹਦੇ 'ਤੇ ਕੋਈ ਵਿਸ਼ੇਸ਼ ਟਿੱਪਣੀ ਨਹੀਂ ਹੈ। ਲੇਕਿਨ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਛਲ ਕਰਨਾ ਚਾਹ ਰਹੀ ਹੈ, ਛਲ ਇਹ ਕਰਨਾ ਚਾਹ ਰਹੀ ਹੈ ਕਿ ਉਹ ਕਦੀ ਬਿਜਲੀ ਦਾ ਕਹਿ ਦਿੰਦੀ ਹੈ ਕਿ ਅਸੀਂ ਮੁਫ਼ਤ ਦੇ ਦਿਆਂਗੇ। ਮੈਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਦਿੱਲੀ ਦੇ ਅੰਦਰ ਪਾਣੀ ਤਾਂ ਲੋਕਾਂ ਨੂੰ ਦੇ ਨਹੀਂ ਪਏ, ਤਰਾਹੀਮਾ ਮਚਿਆ ਹੋਇਆ ਸੀ ਪਾਣੀ ਦੇ ਲਈ, ਔਰ ਇਹ ਪੰਜਾਬ ਦੇ ਅੰਦਰ ਆ ਕੇ ਪੰਜਾਬੀਆਂ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਮੁਫ਼ਤ ਬਿਜਲੀ ਦੇ ਦਿਆਂਗੇ, ਉਹਦਾ ਰੈਵਨਿਊ ਕਿੱਥੋਂ ਆਏਗਾ, ਕਿੱਦਾਂ ਸਰਕਾਰ ਉਹਨੂੰ ਮੁਹੱਈਆ ਕਰਾਏਗੀ? ਇਹ ਉੱਦਾਂ ਹੀ ਝੂਠ ਬੋਲ ਰਹੇ ਨੇ, ਝੂਠੇ ਵਾਅਦੇ ਕਰਕੇ ਲੋਕਾਂ ਨੂੰ ਇੱਕ ਵਾਰੀ ਫਿਰ ਭਰਮ 'ਚ ਪਾਉਣਾ ਚਾਹੁੰਦੇ ਨੇ, ਜਿੱਦਾਂ 4.5 ਸਾਲ ਪਹਿਲਾਂ ਕਾਂਗਰਸ ਨੇ ਪਾਇਆ ਸੀ ਕਾਂਗਰਸ, ਔਰ ਕੇਜਰੀਵਾਲ ਜੀ ਦੇ ਉੱਥੇ 84 ਦੇ ਦੰਗਾ ਪੀੜਤਾਂ ਦੀ ਇੱਕ ਕਲੋਨੀ ਹੈ, ਉੱਥੇ ਵਾਅਦਾ ਵੀ ਕਰਕੇ ਆਏ ਕਿ ਤੁਹਾਨੂੰ ਫ੍ਰੀ ਬਿਜਲੀ ਦਿਆਂਗੇ। ਉੱਥੋਂ ਦੇ ਲੋਕਾਂ ਦੀਆਂ ਵੀਡੀਓ ਦੇਖੋ ਕੀ ਕਹਿੰਦੇ ਨੇ, 1 ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ ਕਲੋਨੀ ਨੂੰ। ਇਸ ਕਰਕੇ ਝੂਠ ਦਾ ਉਹਨਾਂ ਥੁੱਕ ਨਾਲ ਪਕੌੜੇ ਬਣਾਉਣ ਦੀ ਗੱਲ ਆ, ਬੰਨੇ ਨਹੀਂ ਇਸ ਵਾਰ। ਦੇਖੋ ਮੈਂ ਤਾਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿ ਹੁਣ ਆਮ ਆਦਮੀ ਪਾਰਟੀ ਇੱਥੇ ਪਹੁੰਚ ਗਈ ਕਿ ਹੁਣ ਉਹਨਾਂ ਨੂੰ ਸੇਵਾ ਸਿੰਘ ਸੇਖਵਾਂ ਕੋਲ ਵੀ ਕੇਜਰੀਵਾਲ ਨੂੰ ਆਪ ਚੱਲ ਕੇ ਜਾਣਾ ਪੈ ਗਿਆ, ਇਹਦੇ ਉੱਤੇ ਹੁਣ ਕਹਿਣ ਦੀ ਤਾਂ ਕੋਈ ਲੋੜ ਨਹੀਂ ਪੈ ਗਈ। ਇਹ ਦਿਨ ਵੀ ਆਮ ਆਦਮੀ ਪਾਰਟੀ ਨੇ ਵੇਖਣੇ ਸੀ, ਜਿਹੜੇ ਸੁਪਨੇ ਲੈਂਦੇ ਸੀ ਇੱਥੇ ਮੁੱਖ ਮੰਤਰੀ ਬਣਾਉਣ ਦੇ, ਸਰਕਾਰ ਬਣਾਉਣ ਦੇ, ਅਤੇ ਅੱਜ ਹੁਣ ਇੱਥੇ ਪਹੁੰਚ ਗਏ ਕਿ ਜਿਹੜੇ 6 ਮਹੀਨਿਆਂ 'ਚ 5-5 ਵਾਰੀ ਪਾਰਟੀਆਂ ਬਦਲੀਆਂ, ਉਹਨਾਂ ਨੂੰ ਵੀ ਲੈਣ ਵਾਸਤੇ ਹੁਣ ਕੇਜਰੀਵਾਲ ਨੂੰ ਆਪ ਆਉਣਾ ਪੈ ਰਿਹਾ, ਅਤੇ ਪਾਰਟੀ ਦਾ ਲੈਵਲ ਕਿੱਥੇ ਪਹੁੰਚ ਗਿਆ ਹੁਣ ਤੁਸੀਂ ਇਹ ਆਪ ਅੰਦਾਜ਼ਾ ਲਾ ਲਓ। ਇਹ ਹੀ ਕੁਛ ਆਮ ਆਦਮੀ ਪਾਰਟੀ ਪੰਜਾਬ ਨੂੰ ਦੇ ਸਕਦੀ ਸੀ, ਇਹ ਹੁਣ ਸਿਖਰ ਹੈ ਅੱਜ ਦੀ ਇਹ ਡਿਵੈਲਪਮੈਂਟ, ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਖਰ ਹੈ। ਹੁਣ ਇਹਨੂੰ ਹੋਰ ਇਹਦੀ ਵਿਆਖਿਆ ਕੀ ਕਰਨੀ ਹੈ, ਮੇਰੇ ਨਾਲ ਤੁਸੀਂ ਬੈਟਰ ਆਪ ਕਰ ਸਕਦੇ। देश दुनिया दी हर खबर नाल अपडेट रहने ले साडे जगबानी टीवी दे इंस्टाग्राम अकाउंट नु फॉलो करो और दोस्तां ते मित्रां नाल ज्यादा तो ज्यादा शेयर करो। धन्यवाद।